ਕਣਕ ਝੋਨੇ ਦੇ ਸਥਿਰ ਹੋ ਚੁੱਕੇ ਰਵਾਇਤੀ ਫਸਲੀ ਚੱਕਰ ਦਾ ਪੱਲਾ ਛੱਡ ਵਪਾਰਕ ਫਸਲ ਪੁਦੀਨੇ ਦੀ ਖੇਤੀ ਅਪਣਾਉਣ ਵਾਲੇ ਜ਼ਿਲ੍ਹਾ ਮੋਗਾ ਦੇ ਕਰੀਬ 1000 ਕਿਸਾਨ ਪਰਿਵਾਰ ਲਗਾਤਾਰ ਖੁਸ਼ਹਾਲੀ ਵੱਲ ਵੱਧ ਰਹੇ ਨੇ, ਜੋ ਇੱਥੇ ਬਹੁ ਫਸਲੀ ਖੇਤੀ ਚੱਕਰ ਨੂੰ ਅਪਣਾ ਕੇ ਇੱਕ ਹੀ ਖੇਤ ਵਿੱਚੋਂ ਸਾਲ ਵਿੱਚ 3 ਫਸਲਾਂ ਲੈ ਕੇ ਵਧੇਰੇ ਆਮਦਨ ਪ੍ਰਾਪਤ ਕਰ ਰਹੇ ਨੇ। ਉੱਥੇ ਹੀ ਪਾਣੀ ਵਰਗੇ ਅਨਮੋਲ ਕੁਦਰਤੀ ਸੋਮੇ ਦੀ ਬੱਚਤ ਦੇ ਨਾਲ ਫਸਲ ਦੇ ਰਹਿੰਦ ਖੂੰਹਦ ਨੂੰ ਬਾਲਣ ਵਜੋਂ ਵਰਤ ਕੇ ਵਾਤਾਵਰਣ ਨੂੰ ਵੀ ਪਲੀਤ ਹੋਣ ਤੋਂ ਬਚਾ ਰਹੇ ਨੇ। ਪੁਦੀਨੇ ਦੀ ਕਾਸ਼ਤਕਾਰੀ ਨਾਲ ਜੁੜੇ ਇਹਨਾਂ ਕਿਸਾਨ ਪਰਿਵਾਰਾਂ ਦੀ ਖੁਸ਼ਹਾਲੀ ਦਾ ਮੁੱਢ ਉਸ ਸਮੇਂ ਬੱਝਾ ਜਦੋਂ ਪਰਮਜੀਤ ਸਿੰਘ ਡਾਲਾ ਨੇ ਇਲਾਕੇ ਦੇ ਕਿਸਾਨਾਂ ਦੀ ਖੁਸ਼ਹਾਲੀ ਦਾ ਤੋਹਫ਼ਾ ਲਿਆਉਂਦਿਆਂ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਮੇਥਾ ਤੇਲ ਪਲਾਂਟ ਸਥਾਪਿਤ ਕਰਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਖੇਤੀ ਨਾਲ ਜੋੜਨਾ ਸ਼ੁਰੂ ਕੀਤਾ, ਜੋ ਅੱਜ ਹਜ਼ਾਰਾਂ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਸਬੱਬ ਬਣ ਗਿਆ। ਅਤੇ ਅੱਜ ਇਸ ਪਲਾਂਟ ਨਾਲ ਜੁੜੇ ਕਰੀਬ 400 ਕਿਸਾਨ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਕਰੀਬ 1000 ਕਿਸਾਨ ਅਤੇ ਮਜ਼ਦੂਰ ਪਰਿਵਾਰ ਪੁਦੀਨੇ ਦੀ ਕਾਸ਼ਤ ਤੋਂ ਚੌਖੀ ਕਮਾਈ ਕਰ ਰਹੇ ਨੇ। ਡਾਲਾ ਦੇ ਮੇਥਾ ਤੇਲ ਪਲਾਂਟ ਦੇ ਇਲਾਕੇ ਵਿੱਚ ਪੁਦੀਨੇ ਦੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਪਲਾਂਟ ਦੇ ਸੰਚਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਉਹਨਾਂ ਦੇ ਨਾਲ ਡਾਲਾ ਵਿਖੇ ਪੁਦੀਨੇ ਦਾ ਤੇਲ ਕਸੀਦਣ ਵਾਲੇ ਪਲਾਂਟ ਦੀ ਸਥਾਪਨਾ ਕਰਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਕਾਸ਼ਤਕਾਰੀ ਨਾਲ ਜੋੜਨ ਦੇ ਯਤਨ ਆਰੰਭੇ ਸਨ। ਉਹਨਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਦੇ ਪਲਾਂਟ ਨਾਲ ਜੁੜੇ ਕਿਸਾਨਾਂ ਦੀ ਖੁਸ਼ਹਾਲੀ ਸਦਕਾ ਹੌਲੀ ਹੌਲੀ ਵੱਡੀ ਗਿਣਤੀ ਵਿੱਚ ਕਿਸਾਨ ਪੁਦੀਨੇ ਦੀ ਖੇਤੀ ਵੱਲ ਆਕਰਸ਼ਿਤ ਹੋਣ ਲੱਗੇ। ਡਾਲਾ ਨੇ ਕਿਹਾ ਕਿ ਪੁਦੀਨੇ ਦੀਆਂ 3 ਕਿਸਮਾਂ ਦੀ ਵਰਤੋਂ ਵੱਖ ਵੱਖ ਉਤਪਾਦਾਂ ਜਿਨ੍ਹਾਂ ਵਿੱਚ ਟੈਲਕਮ ਪਾਊਡਰ, ਵਿਕਸ ਵੈਪੋਰਬ, ਟੁੱਥਪੇਸਟ ਅਤੇ ਪਾਨ ਮਸਾਲਿਆਂ ਦੇ ਨਾਲ ਤੰਬਾਕੂ ਉਤਪਾਦਾਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਪੁਦੀਨੇ ਦੀ ਕਾਸ਼ਤਕਾਰੀ ਨੇ ਸਰਕਾਰ ਦੀ ਫਸਲੀ ਵਿਭਿੰਨਤਾ ਯੋਜਨਾ ਵਿੱਚ ਵੱਡਾ ਯੋਗਦਾਨ ਪਾਉਂਦਿਆਂ ਰਵਾਇਤੀ ਫਸਲਾਂ ਦਾ ਬਦਲ ਪੇਸ਼ ਕਰਕੇ ਬਹੁ ਫਸਲੀ ਚੱਕਰ ਨੂੰ ਜਨਮ ਦਿੱਤਾ ਹੈ, ਜਿਸ ਵਿੱਚ ਲਸਣ, ਆਲੂ, ਕਣਕ, ਅਰਬੀ, ਮੱਕੀ ਦੀ ਪੁਦੀਨੇ ਨਾਲ ਸਾਂਝੀ ਕਾਸ਼ਤ ਕਰਕੇ ਦੋਹਰੀ ਫਸਲ ਪ੍ਰਾਪਤੀ ਕੀਤੀ ਜਾ ਸਕਦੀ ਹੈ। ਅਸੀਂ ਤਕਰੀਬਨ ਇਹ 2002 ਤੋਂ ਸ਼ੁਰੂ ਕੀਤੀ ਹੈ। 2007 ਦੇ ਅਸੀਂ ਪਲਾਂਟ ਲਾਇਆ ਉਹਦਾ, ਅਤੇ ਕਿਉਂਕਿ ਜਿਹੜੀ ਆਲੂ ਤੋਂ ਬਾਅਦ ਸਭ ਤੋਂ ਬੈਸਟ ਤੀਜੀ ਕਰੋਪ ਮਹਿੰਤਾ ਹੈਗੀ ਹੈ, ਅਤੇ ਜ਼ਿਮੀਂਦਾਰ ਦੇ ਵਾਸਤੇ ਬੜੀ ਲਾਹੇਵੰਦ ਹੈਗੀ ਹੈ। ਆਲੂ ਤੋਂ ਬਾਅਦ ਖਾਦ ਘੱਟ ਪਾਉਣੀ ਪੈਂਦੀ ਹੈ ਅਤੇ ਤਕਰੀਬਨ ਇਹ 100 ਦਿਨ ਦੇ ਵਿੱਚ ਫਸਲ ਤਿਆਰ ਹੋ ਜਾਂਦੀ ਹੈ। ਥੋੜ੍ਹੀ ਜਿਹੀ ਇਹ ਮਿਹਨਤ ਬਲਦੀ ਹੈ, ਟੈਕਨੀਕਲ ਕਰੋਪ ਹੈਗੀ ਹੈ। ਇਸ ਦੀਆਂ ਜਿਹੜੀਆਂ ਆਪਾਂ ਖੇਤ ਦੇ ਵਿੱਚੋਂ ਜੜ੍ਹਾਂ ਜਿਹੜੀਆਂ ਹੈਗੀਆਂ ਨੇ ਕੱਟ ਕੇ ਉਹ ਲਾਉਣੇ ਹੈਗੇ ਅਤੇ ਬੈੱਡ ਪਾਉਣੇ ਹੈਗੇ ਆ, ਬੈੱਡਾਂ ਉੱਪਰ ਲਾਈ ਜਾਂਦੀ ਹੈਗੀ ਹੈ। ਉਹਦਾ ਮੇਨ ਪਰਪਜ਼ ਇਹ ਹੈ ਬਈ ਬੈੱਡ ਦੇ ਉੱਪਰ ਪਾਣੀ ਨਾ ਚੜ੍ਹੇ, ਉਹਨੇ ਥੱਲੇ ਸਾਈਡਾਂ 'ਤੇ ਉੱਥੋਂ ਉਹਨੂੰ ਰੇਹ ਜਾਵੇ, ਉੱਥੋਂ ਪਾਣੀ ਲੱਗਦਾ ਰਹੇ ਤਾਂ ਕਿ ਕੋਈ ਨਦੀਨ ਨਾ ਹੋਵੇ, ਅਤੇ ਨਦੀਨ ਤੋਂ ਕੁਛ ਪੈਸਟਿਸਾਈਡਸ ਹੈਗੀਆਂ ਦਵਾਈਆਂ ਬੜੀਆਂ ਕਾਮਯਾਬ ਹੈ, ਉਹ ਸਪਰੇਅ ਅਸੀਂ ਕਰਦੇ ਹੈਗੇ, ਗਰੋਪ ਵਾਸਤੇ ਸਪਰੇਅ ਕਰਦੇ ਹੈਗੇ ਹਾਂ। ਬਾਕੀ ਪਾਣੀ ਇਹ ਫਸਲ ਗਰਮੀ ਹੁੰਦੀ ਕਿਉਂਕਿ ਇਹਦਾ ਸੀਜ਼ਨ ਜਿਹੜਾ ਹੈਗਾ ਸ਼ੁਰੂ ਹੁੰਦਾ ਹੈਗਾ ਫਰਵਰੀ ਤੋਂ ਲੈ ਕੇ ਜੂਨ ਜੁਲਾਈ ਤੱਕ, ਸੋ ਗਰਮੀ ਦੇ ਵਿੱਚ ਇਸ ਨੂੰ ਪਾਣੀ ਦੀ ਬੜੀ ਲੋੜ ਪੈਂਦੀ ਹੈਗੀ ਹੈ। ਤਕਰੀਬਨ ਇਹ ਇਉਂ ਕਹਿ ਲਓ ਵੀ ਹਫ਼ਤੇ 'ਚ 2 ਵਾਰੀ ਇਸ ਨੂੰ ਪਾਣੀ ਲੱਗਦਾ ਚਾਹੀਦਾ ਹੈਗਾ, ਪਰ ਪਾਣੀ ਭਰਵਾਂ ਲੱਗਣਾ ਚਾਹੀਦਾ ਹੈਗਾ, ਉਹ ਬੈੱਡਾਂ ਦੇ ਥੱਲੇ ਰਹੇ, ਇਸ ਕਰਕੇ ਇਹਦੀ ਥੋੜ੍ਹੀ ਦੇਖ ਸੰਭਾਲ ਵੱਧ ਕਰਨੀ ਪੈਂਦੀ ਹੈ ਫਾਰਮਰ ਵਾਸਤੇ। ਪਰ ਇਹ ਕਰੋਪ ਥਰਡ ਕਰੋਪ ਤੌਰ 'ਤੇ, ਤੀਜੀ ਫਸਲ ਤੌਰ 'ਤੇ ਬੜੀ ਕਾਮਯਾਬ ਹੈ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਸ ਜਿਹੜਾ ਹੈਗਾ ਮੈਂਥਾ ਓਇਲ ਹੈਗਾ ਇਸ ਨੂੰ ਡਰੱਗ ਦੇ ਵਿੱਚ ਅਤੇ ਕੋਸਮੈਟਿਕਸ ਦੇ ਵਿੱਚ ਯੂਜ਼ ਕਰਦੇ ਹੈਗੇ, ਅਤੇ ਇੰਡੀਆ ਜਿਹੜਾ ਹੈਗਾ ਸੈਕਿੰਡ ਪ੍ਰੋਡਿਊਸਰ ਹੈ, ਫਸਟ ਚਾਈਨਾ, ਜਿਹੜਾ ਵਰਲਡ ਨੂੰ ਇਹ ਤੇਲ ਜਿਹੜਾ ਹੈਗਾ ਮੈਂਥਾ ਓਇਲ, ਪਿਪਰਾਮਿੰਟ, ਸਪੀਅਰਮਿੰਟ, ਇਹ 3 ਵੈਰਾਈਟੀਆਂ ਮੇਨ ਹੈ, ਟੌਪ 'ਤੇ ਪਿਪਰਾਮਿੰਟ, ਸੈਕਿੰਡ ਸਪੀਅਰਮਿੰਟ, ਉਹ ਤੋਂ ਬਾਅਦ ਮੈਂਥਾ ਓਇਲ। ਸੋ ਇਹਦੀ ਡਿਮਾਂਡ ਸਾਰੇ ਵਰਲਡ ਹੈਗੀ ਹੈ, ਦਵਾਈਆਂ ਦੇ ਯੂਜ਼ ਕਰਦੇ ਹੈ, ਕੋਸਮੈਟਿਕਸ ਕਰਦੇ ਹੈਗੇ ਹੈ, ਸੋ ਬੜੀ ਲਾਹੇਵੰਦ ਕਰੋਪ ਹੈ। ਪਿਛਲੇ 2 ਸਾਲਾਂ ਤੋਂ ਕੁਛ ਇਹਦੇ ਰੇਟ ਡਾਊਨ ਰਹੇ ਹੈਗੇ,
ਕਿਉਂਕਿ ਸਾਡਾ ਫਾਰਮਰ ਇੰਨਾ ਲੰਮਾ ਸਮਾਂ ਮਾਰ ਝੜ ਨਹੀਂ ਸਕਦਾ, ਸੋ ਉਹਦੇ ਕਰਕੇ ਇਸ ਦਾ ਕੁਛ ਕਰੋਪ ਘੱਟ ਗਈ 2 ਸਾਲ ਤੋਂ। ਐਤਕੀ ਕਰੋਪ ਘੱਟ ਹੈ ਪਰ ਐਤਕੀ ਰੇਟ ਹਾਈ ਹੈ, ਸੋ ਆਸ ਸਾਨੂੰ ਹੈ ਵੀ ਨੈਕਸਟ ਈਅਰ ਤੋਂ ਫਿਰ ਇਹ ਕਰੋਪ ਵਧੂਗੀ। ਕਿੰਨੀ ਕੁ ਆਮਦਨ ਕਿੰਨੀ ਕੁ ਹੁੰਦੀ ਹੈ ਕਿਸਾਨ ਨੂੰ ਇਹਦੇ ਵਿੱਚ? ਜਦੋਂ ਵਧੀਆ ਫਸਲ ਹੁੰਦੀ ਹੈ ਤਾਂ ਕਿੰਨੀ ਕੁ ਆਮਦਨ? ਹਾਂ, ਵਧੀਆ ਫਸਲ ਹੁੰਦੀ ਹੈਗੀ ਹੈ ਤਾਂ ਇਹਦਾ ਐਵਰੇਜ 40,000 ਰੁਪਇਆ ਪਰ ਏਕੜ ਇਹਦੀ ਯੀਲਡ ਨਿਕਲਦੀ ਹੈ। ਅਤੇ ਕਈ ਜਿਹੜੇ ਫਾਰਮਰ ਬੜੇ ਹੈਗੇ ਹੈ, ਸਿਆਣੇ ਹੈ, ਸਮਝਦਾਰ ਹੈ, ਟੈਕਨੀਕਲ ਤੌਰ 'ਤੇ ਸਾਊਂਡ ਹੈਗੇ ਹੈ, ਉਹ 50,000 ਤੱਕ ਵੀ ਜਿਹੜੀ ਤੇਜ਼ੀ ਵਿੱਚ ਇਹ ਕਰੋਪ ਦਾ 1 ਕਿੱਲੇ ਦਾ ਯੀਲਡ ਲੈਂਦੇ ਰਹੇ। ਤੋਂ ਕਹਿੰਦੇ ਕਹਿੰਦੇ ਵਿੱਚ ਹੁੰਦੀ ਇਹਦੀ ਵਰਤੋਂ ਸਭ ਤੋਂ ਵੱਧ ਦਵਾਈਆਂ ਦੇ ਵਿੱਚ, ਡਰੱਗਸ ਦੇ ਵਿੱਚ, ਸਾਰੇ ਵਰਡ ਦੇ ਵਿੱਚ, ਅਤੇ ਸੈਕਿੰਡ ਕੋਸਮੈਟਿਕਸ ਜੋ ਵੀ ਆਪਣੇ ਚਾਹੇ ਉਹ ਲੇਡੀਜ਼ ਜੈਂਟਸ ਯੂਜ ਕਰਦੇ ਹੈਗੇ ਆ ਕੋਸਮੈਟਿਕਸ ਦੇ ਤੌਰ 'ਤੇ, ਸੈਂਟ ਵਗੈਰਾ ਹੋਰ ਜਿਹਦੀ ਬੜੀ ਪਰਫਿਊਮ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਸਰ ਮਿੰਟ ਆਇਲ ਹੈਗਾ, ਮਿੰਟ ਆਇਲ ਉਹ ਪੈਂਦਾ ਹੈ। ਕਿਸਾਨ ਮੂੰਗੀ ਅਸੀਂ ਲਾਉਂਦੇ ਹਾਂ, ਠੀਕ ਹੈ, ਉਹਦਾ ਯੀਲਡ ਮਿਲਦੀ ਹੈ, ਪਰ ਮੌਸਮ 'ਤੇ ਡਿਪੈਂਡ ਹੈ, ਜੇ ਬਰਸਾਤ ਪੈ ਤਾਂ ਮੂੰਗੀ ਦਾ ਕੰਮ ਖਰਾਬ ਹੋ ਜਾਂਦਾ ਹੈ। ਸੋ ਇਹ ਕਰੋਪ ਜਿਹੜੀ ਤੁਹਾਡੀ ਇੱਕ ਗਰੰਟੀ ਵਾਲੀ ਮਤਲਬ ਕੈਸ਼ ਕਰੋਪ ਹੈ, ਜੇ ਮਿਹਨਤਾਂ ਕਰੋ ਅਸੀਂ ਕੈਸ਼ ਕਰੋਪ ਕਹਿ ਲਈਏ ਨਾ, ਉਹ ਬੈਸਟ ਹੈ, ਜਿਹਦਾ ਜੇ ਅਸੀਂ ਬੀਜਤਾ ਹੈਗਾ ਤਾਂ ਉਹਦਾ ਸਾਨੂੰ 40 ਲੀਟਰ 50 ਲੀਟਰ ਤੇਲ ਨਿਕਲਣਾ ਹੈਗਾ, ਇਹ ਨਹੀਂ ਵੀ ਉਹ ਨਹੀਂ ਨਿਕਲੂਗਾ। ਅਤੇ ਪਰ ਇਹ ਰੇਟਸ ਦੇ ਬਾਰੇ ਗਵਰਨਮੈਂਟ ਨੂੰ ਚਾਹੀਦਾ ਹੈਗਾ ਮਿਨੀਮਮ ਸਪੋਰਟਸ ਪ੍ਰਾਈਜ਼ ਦੀ ਹੋਵੇ, ਤਾਂ ਜੋ ਜ਼ਿਮੀਂਦਾਰ ਨੂੰ ਇਹਨੂੰ ਓਨੇ ਪੈਸੇ ਮਿਲ ਸਕਣ, ਅਤੇ ਹਰ ਸਾਲ ਇਹ ਕਰੋਪ ਵੱਧ ਸਕਦੀ ਹੈਗੀ, ਘੱਟਦੀ ਨਹੀਂ ਗੀ। ਇਹ ਮਤਲਬ ਚਾਹਵਾਂਗੇ ਅਸੀਂ ਕਿ ਫਾਰਮਰ ਇਸ ਨੂੰ ਅਪਣਾਉਣ, ਅਤੇ ਜੋ ਅੱਜ ਕਿਸਾਨੀ ਧੰਦਾ ਜਿਹਨੂੰ ਆਪਾਂ ਲਾਇਆ ਹੁੰਦਾ ਨਹੀਂ ਕਹਿੰਦੇ ਗੇ, ਪਰ ਜੇ ਮਿਹਨਤ ਕਰਨਗੇ ਇਸ ਤਰ੍ਹਾਂ ਹੋ ਸਕਦਾ ਹੈਗਾ। ਅਸੀਂ 2005-06 ਤੋਂ ਖੇਤੀ ਕਰ ਰਹੇ ਹਾਂ, ਇਹਦੇ ਵਿੱਚ 3 ਵਰਾਇਟੀਆਂ ਆ ਜਾਂਦੀਆਂ, ਇੱਕ ਪਾਈਪਰੇਟ ਆ ਜਾਂਦਾ ਜਿਹਨੂੰ ਪਿਪਲਾਮੈਂਟ ਕਹਿ ਦਿੰਦੇ ਆ, ਕਾਲਾ ਪੁਦੀਨਾ ਕਹਿ ਦਿੰਦੇ ਆ, ਇੱਕ ਕੋਸੀ ਆ ਜਾਂਦਾ, ਇੱਕ ਆ ਜਾਂਦਾ ਹੈਗਾ ਸਪੀਅਰ ਵਗੈਰਾ। ਮੇਨ ਜਿਹੜੀ ਪੰਜਾਬ ਵਿੱਚ ਆਪਣੇ ਕਿਸਾਨ ਪਲਾਂਟਿੰਗ ਕਰਦੇ ਉਹ ਕਰਦੇ ਆ ਪਾਈਪਰੇਟਾਂ ਦੀ ਅਤੇ ਕੋਸੀ ਦੀ। ਜਿਹੜਾ ਪਾਈਪਰੇਟਾ ਹੈਗਾ ਇਹਦੀ ਯੀਲਡ ਹੁੰਦੀ ਆ 20 ਲੀਟਰ ਤੋਂ ਲੈ ਕੇ 30 ਲੀਟਰ, ਅਤੇ ਇਸਦਾ ਰੇਟ ਜੋ ਪਿਛਲੇ 3-4 ਸਾਲ ਤੋਂ ਚੱਲੇ ਆ ਰਿਹਾ ਉਹ ਹੈਗਾ 1800 ਤੋਂ ਲੈ ਕੇ 2100-2100 ਤੱਕ ਇਹਦਾ ਰੇਟ ਰਹਿੰਦਾ ਹੈ। ਅਤੇ ਜਿਹੜਾ ਹੈਗਾ ਕੁਰਸੀ ਹੈਗਾ, ਕੁਰਸੀ ਦਾ ਐਵਰੇਜ ਯੀਲਡ ਆਉਂਦੀ ਹੈ 40 ਤੋਂ ਲੈ ਕੇ 60 ਕਿਲੋ। ਜਿਹੜੇ ਵਧੀਆ ਕਿਸਾਨ ਹੈਗੇ ਆ ਜਾਂ ਘੱਟ ਰਕਬਾ ਕਰਨ ਵਾਲੇ ਉਹ ਕਈ 65-70 ਲੀਟਰ ਤੱਕ ਵੀ ਲੈ ਜਾਂਦੇ ਆ, ਅਤੇ ਉਹਦਾ ਜਿਹੜਾ ਨੋਰਮਲ ਜਿਹੜਾ ਰੇਟ ਹੁੰਦਾ ਐਵਰੇਜ ਉਹ 800 ਤੋਂ ਲੈ ਕੇ 1100 ਤੱਕ। ਕਿਵੇਂ ਵਾਧੂ ਫਸਲ ਵਜੋਂ ਬੀਜਦੇ ਹੋ ਤੁਸੀਂ ਇਹਨੂੰ? ਹਾਂਜੀ, ਜਦੋਂ ਆਪਾਂ ਲਾਈਕ ਅਕਤੂਬਰ ਵਿੱਚ ਝੋਨੇ ਦੀ ਕਟਾਈ ਕਰਦੇ ਹਾਂ, ਉਸ ਤੋਂ ਬਾਅਦ ਜਿਹੜੇ ਤਾਂ ਕਿਸਾਨ ਕਰਦੇ ਹੈਗੇ ਆ ਕਣਕ ਲਗਾਉਂਦੇ ਹੈਗੇ ਆ, ਉੱਥੇ ਤਾਂ ਨਹੀਂ ਹੁੰਦਾ। ਅਤੇ ਜਿੱਥੇ ਆਪਾਂ ਆਲੂ ਤੋਂ ਬਾਅਦ ਇੱਕ ਥਰਡ ਕਰੋਪ ਵਜੋਂ ਆਪਾਂ ਇਹਨੂੰ ਲੈਂਦੇ ਹਾਂ, ਵਾਧੂ ਫਸਲ ਕਹਿ ਸਕਦੇ ਹਾਂ। ਅਤੇ ਇਹਦੇ ਵਿੱਚ ਖਰਚਾ ਵੀ ਹੁੰਦਾ, ਰਿਸਕ ਵੀ ਹੁੰਦਾ ਹੈ ਨਾ, ਕਿਉਂਕਿ ਵੈਦਰ ਦੀਆਂ ਕੰਡੀਸ਼ਨਸ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ। ਅਤੇ ਪਰ ਇਹ ਮੂੰਗੀ ਕਹਿ ਲਈਏ ਆਪਾਂ, ਮੱਕੀ ਕਹਿ ਲਈਏ, ਉਹਨਾਂ ਨਾਲੋਂ ਸਾਰਿਆਂ ਨਾਲੋਂ ਵਧੀਆ ਫਸਲ ਹੈਗੀ ਆ ਇਹ, ਇਹਦਾ ਰੇਟ ਵਧੀਆ ਹੁੰਦਾ, ਯੀਲਡ ਵਧੀਆ ਹੁੰਦੀ ਹੈ। ਅਤੇ ਕਿੰਨੀ ਕੁ ਆਮਦਨ ਕਿੰਨੀ ਕੁ ਹੋ ਜਾਂਦੀ ਹੈ ਇਹਦੇ ਨਾਲ? ਆਮਦਨ ਆਪਾਂ ਕਹਿ ਸਕਦੇ ਹਾਂ ਇਹਦਾ ਵੈਦਰ 'ਤੇ ਡਿਪੈਂਡ ਆ, ਜੇ ਵੈਦਰ ਇਹਨੂੰ ਅਨੁਕੂਲ ਰਹਿੰਦਾ ਹੈਗਾ ਤਾਂ ਫਿਰ ਇਹਦੇ ਤੋਂ ਕਿੱਲੇ ਦੀ ਆਪਾਂ 20-25 ਹਜ਼ਾਰ ਆਮਦਨ ਲੈ ਸਕਦੇ ਹਾਂ ਖਰਚਾ ਕੱਢ ਕੇ, ਜੋ ਕਿ ਆਪਾਂ ਨੂੰ ਕੋਈ ਹੋਰ ਤੀਜੀ ਫਸਲ ਵਿੱਚ ਨਹੀਂ ਰਹਿੰਦੀ ਹੈ। ਇਹ ਵਾਧੂ ਫਸਲ ਵਜੋਂ ਆ? ਹਾਂਜੀ, ਵਾਧੂ ਫਸਲ ਵਜੋਂ। ਜੇ ਕਿਸਾਨ ਬੀਜਣ ਤਾਂ ਵਧੀਆ ਫਾਇਦਾ ਲੈ ਸਕਦੇ ਨੇ? ਕਿਸਾਨ ਵਧੀਆ ਫਾਇਦਾ ਲੈ ਸਕਦੇ, ਪਰ ਇੱਥੇ ਵੀ ਗੱਲ ਉਹੀ ਆ ਜਾਂਦੀ ਹੈ ਵੀ ਜਿਹੜੀ ਆਪਣੀ ਗੌਰਮੈਂਟ ਹੈਗੀ ਆ, ਗੌਰਮੈਂਟ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ, ਕਿਉਂਕਿ ਇਹਦੇ ਜਿਹੜਾ ਰੇਟ ਹੁੰਦੇ ਉਹਦੇ ਵਿੱਚ ਫਲਕਚੁਏਸ਼ਨ ਬਹੁਤ ਹੁੰਦੀ ਹੈ।
ਸੋ ਚਾਹੀਦਾ ਹੈਗਾ ਗੌਰਮੈਂਟ ਨੂੰ ਵੀ ਇਹਦਾ ਵੀ ਲਾਈਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹ ਫਿਕਸ ਕਰਨ, ਹੈ ਨਾ, ਤਾਂ ਜੋ ਕਿਸਾਨਾਂ ਦਾ ਇੱਧਰ ਧਿਆਨ ਹੋਵੇ, ਕਿਸਾਨਾਂ ਦੀ ਆਮਦਨ 'ਚ ਇਜ਼ਾਫਾ ਹੋਵੇ। ਮੈਂਥੇ ਦੀ ਜਿਹੜੀ ਖੇਤੀ ਹੈ ਬਹੁਤ ਵਧੀਆ ਖੇਤੀ ਹੈ, ਜਿਹੜੀ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 10,000 ਏਕੜ ਦੇ ਵਿੱਚ ਕਿਸਾਨ ਕਰਦੇ ਆ। ਇਹ ਆਲੂ ਪੱਟਣ ਤੋਂ ਬਾਅਦ ਜਾਂ ਲਸਣ ਪੁੱਟਣ ਤੋਂ ਬਾਅਦ ਜਾਂ ਸਾਡੀ ਜਿਹੜੀ ਬੈੱਡ ਪਲਾਂਟੇਸ਼ਨ ਟੈਕਨੀਕ ਕਣਕ ਦੀ ਬਿਜਾਈ ਹੈ ਉਹ ਤੋਂ ਬਾਅਦ ਕੀਤੀ ਜਾਂਦੀ ਹੈ। ਤਕਰੀਬਨ ਇਹ ਜਨਵਰੀ ਮਹੀਨੇ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਉਹ ਬਿਜਾਈ ਕਰਦੇ ਆ। ਵੈਸੇ ਬੈੱਡ ਪਲਾਂਟਰ ਜਿਹੜਾ ਹੈ ਉਹ ਪੁਦੀਨੇ ਦੀਆਂ ਜੜ੍ਹਾਂ ਜਾਂ ਮੈਂਥੇ ਦੀਆਂ ਜੜ੍ਹਾਂ ਲਾਉਣ ਵਾਸਤੇ ਵੀ ਸਾਡੇ ਕਿਸਾਨਾਂ ਨੇ ਬਣਾ ਲਿਆ। ਬੈੱਡ ਟੈਕਨੀਕ ਦੇ ਨਾਲ ਵੀ ਜਿਹੜੀ ਹੈ ਇਹਦੀ ਬਿਜਾਈ ਸਿੱਧੀ ਕੀਤੀ ਜਾਂਦੀ ਹੈ। ਇਹਦੇ ਤੋਂ ਕਾਫ਼ੀ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਜੇ ਬੈੱਡ ਪਲਾਂਟੇਸ਼ਨ ਟੈਕਨੀਕ ਦੇ ਰਾਹੀਂ ਕਣਕ ਦੇ ਵਿੱਚ ਲਾਈ ਹੈ ਤਾਂ ਇਹ ਇੰਟਰਕ੍ਰੋਪ ਦੇ ਤੌਰ 'ਤੇ ਇੱਕ ਵੱਖਰੀ ਫਸਲ ਕਿਸਾਨ ਨੂੰ ਝੋਨਾ ਬੀਜਣ ਤੋਂ ਪਹਿਲਾਂ ਮਿਲ ਜਾਂਦੀ ਹੈ। ਤਕਰੀਬਨ 35,000 ਜਿਹੜਾ ਹੈ ਇਹ ਮੁਨਾਫਾ ਕਿਸਾਨ ਨੂੰ ਮਿਲਦਾ ਹੈ। ਉਹਦੇ 'ਚੋਂ ਉਹਦੇ ਖਰਚੇ ਕੱਢ ਕੇ 20,000 ਕਿਸਾਨ ਦੇ ਪਰ ਏਕੜ ਪੱਲੇ ਪੈ ਜਾਂਦਾ। ਜੇਕਰ ਆਲੂਆਂ ਤੋਂ ਬਾਅਦ ਦੇਖੀਏ ਤਾਂ ਆਲੂਆਂ ਤੋਂ ਬਾਅਦ ਸਾਡੇ ਮੂੰਗੀ ਜਾਂ ਮੈਂਥਾ ਜਾਂ ਮੱਕੀ ਇਹ 3 ਫਸਲਾਂ ਜਿਹੜੀਆਂ ਚੱਲਦੀਆਂ ਔਰ ਕਿਸਾਨ ਜਿਹੜਾ ਹੈ ਮੈਂਥੇ ਤੋਂ ਚੰਗੀ ਆਮਦਨ ਜਿਹੜਾ ਲੈ ਰਿਹਾ। ਕਿਉਂਕਿ ਮੈਂਥੇ ਦਾ ਜਿਹੜਾ ਤੇਲ ਹੈ ਉਹ ਦਵਾਈਆਂ 'ਚ ਸੈਂਟ ਜਾਂ ਹੋਰ ਕਈ ਪਰਪਜ਼ ਦੇ ਵਾਸਤੇ ਵਰਤਿਆ ਜਾਂਦਾ। ਸਾਡੇ ਜ਼ਿਲ੍ਹੇ ਦੇ ਵਿੱਚ ਕਾਫ਼ੀ ਮੈਂਥੇ ਦੇ ਜਿਹੜੇ ਪਲਾਂਟ ਹੈ ਉਹ ਚੱਲ ਰਹੇ ਹੈ। ਪੰਜਾਬ ਵਿੱਚ ਵੀ ਤਕਰੀਬਨ 40,000 ਏਕੜ ਵਿੱਚ ਮੈਂਥੇ ਦੀ ਕਾਸ਼ਤ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।